ਲੱਖ ਦੀਆਂ ਲਾਣਤਾਂ ਇਹੋ ਜਿਹੇ ਮੁੱਖ ਮੰਤਰੀ ਤੇ, ਜਿੱਥੇ ਹੁਣ ਲਾਣਤਾਂ ਨੂੰ ਵੀ ਸ਼ਰਮ ਆਉਣ ਲੱਗ ਗਈ ਹੈ। ਮੁੱਖ ਮੰਤਰੀ ਸਾਹਿਬ, ਹੁਣ ਤੁਸੀਂ ਕਹਿੰਦੇ ਹੋ ਕਿ ਸੋਨੀਆ ਗਾਂਧੀ ਦਾ ਮੈਨੂੰ ਦਰਦ ਦਿਖਿਆ ਹੈ ਤੇ ਜਿਹਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਤੁਹਾਨੂੰ ਸਿੱਖਾਂ ਦਾ ਦਰਦ ਕਿਉਂ ਨਹੀਂ ਦਿਖਦਾ? ਇਹ ਬਿਆਨ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਹਿਣਾ ਹੈ ਕਿ ਸਿੱਖਾਂ ਨੂੰ ਲੈ ਕੇ ਜਦੋਂ ਵੀ ਆਵਾਜ਼ ਉੱਠਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਡੂੰਘੀਆਂ ਸਾਜ਼ਿਸ਼ਾਂ ਰਚਣ ਲੱਗ ਜਾਂਦਾ ਹੈ। ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਹੁਣ ਬੀਤੇ ਦਿਨਾਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਉਹਨਾਂ ਨੇ ਆਪਣੀ ਪਹਿਲੀ ਪਤਨੀ ਦਾ ਖਾਤਾ ਹੈ ਜਿਹੜਾ ਕਿ ਫੇਸਬੁੱਕ ਖਾਤਾ ਹੈ ਉਹ ਬੰਦ ਕਰ ਦਿੱਤਾ। ਕਿਉਂ? ਤੁਹਾਨੂੰ ਕਿਤੇ ਕੋਈ ਡਰ ਹੈ ਤੇ ਤੁਹਾਨੂੰ ਇਦਾਂ ਲੱਗਦਾ ਕਿ ਜਿਹੜਾ ਤੁਹਾਡਾ ਸੱਚ ਹੈ ਉਹ ਕਿਤੇ ਨਾ ਕਿਤੇ ਬਾਹਰ ਆ ਜਾਊਗਾ। ਤੇ ਜਿਸ ਨੂੰ ਲੈ ਕੇ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਗਰਜੇ ਨੇ ਤੇ ਜਿਸ ਦੇ ਦੌਰਾਨ ਫਿਰ ਤੋਂ ਪਲਟਵਾਰ ਜਿਹੜਾ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਹੋਰ ਕੀ ਕਹਿਣਾ ਹੈ। ਲੱਖ ਲਾਣਤ ਇਹੋ ਜਿਹੇ ਮੁੱਖ ਮੰਤਰੀ ਤੇ ਕਿ ਜਿਹਨੂੰ ਪਾਉਣ ਲੱਗੇ ਲਾਣਤਾਂ ਨੂੰ ਵੀ ਸ਼ਰਮ ਆਉਣ ਲੱਗ ਗਈ। ਪਿਛਲੇ ਦਿਨ ਕਾਂਗਰਸ ਨਾਲ ਰੈਲੀ ਸਾਂਝੀ ਕਰਦੇ ਨੇ ਦਿੱਲੀ ਵਿਖੇ ਤੇ ਮੁੱਖ ਮੰਤਰੀ ਕਹਿੰਦਾ ਕਿ ਮੈਨੂੰ ਬੀਬੀ ਸੋਨੀਆ ਗਾਂਧੀ ਦੀ ਕੁਰਬਾਨੀ ਦਾ ਬਹੁਤ ਵੱਡਾ ਦੁੱਖ ਲੱਗਦਾ। ਭਾਈ, ਤੈਨੂੰ ਉਹਨਾਂ ਹਜ਼ਾਰਾਂ ਸਿੱਖ ਪਰਿਵਾਰਾਂ ਦਾ ਦੁੱਖ ਕਿਉਂ ਨਹੀਂ ਦਿਖਿਆ? ਕੱਲਾ ਬੀਬੀ ਸੋਨੀਆ ਗਾਂਧੀ ਦਾ ਹੀ ਦੁੱਖ ਦਿਖਿਆ ਤੈਨੂੰ? ਜੋ ਕਾਂਗਰਸ ਨੇ ਤੇ ਬੀਬੀ ਸੋਨੀਆ ਗਾਂਧੀ ਦੇ ਪਰਿਵਾਰ ਨੇ, ਉਹਦੀ ਸੱਸ ਨੇ, ਉਹਦੇ ਘਰ ਵਾਲੇ ਨੇ ਜੋ ਕੁਝ ਸਿੱਖ ਕੌਮ ਦੇ ਨਾਲ ਕੀਤਾ, ਉਹ ਤੈਨੂੰ ਕਿਉਂ ਨਹੀਂ ਦਿਖਿਆ? ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ, ਸਿੱਖ ਨਸਲ ਕੁਸ਼ੀ, ਗਲਾਂ 'ਚ ਟਾਇਰ ਪਾ ਕੇ ਦਿੱਲੀ ਦੇ ਵਿੱਚ ਬੀਬੀ ਸੋਨੀਆ ਗਾਂਧੀ ਦੇ ਘਰ ਵਾਲੇ ਨੇ ਸਿੱਖ ਮਾਰੇ। ਪੰਜਾਬ ਵਿੱਚ ਜੋ ਨੌਜਵਾਨਾਂ ਨੂੰ ਦਸਤਾਰਾਂ ਜਿਹੜੇ ਬੰਨ ਕੇ ਜਾਂਦੇ ਸੀ, ਦਾੜੇ ਰੱਖੇ ਹੁੰਦੇ ਸੀ, ਝੂਠੇ ਮੁਕਾਬਲੇ ਕਰ ਦਿੱਤੇ ਜਾਂਦੇ ਸੀ, ਉਹ ਜਿਹੜੇ ਹਜ਼ਾਰਾਂ ਪਰਿਵਾਰਾਂ ਦਾ ਦੁੱਖ ਜੋ ਇੱਕ ਸੰਤਾਪ ਹੁਣ ਤੱਕ ਹੰਢਾ ਰਹੇ ਨੇ, ਉਹਨਾਂ ਦਾ ਦੁੱਖ ਭਗਵੰਤ ਮਾਨ ਨੂੰ ਨਹੀਂ ਦਿਖਿਆ, ਕੱਲੀ ਬੀਬੀ ਸੋਨੀਆ ਗਾਂਧੀ ਦੇ ਦੁੱਖ ਦਿਖਿਆ। ਹੰਕਾਰ ਇੱਥੋਂ ਤੱਕ ਹੈ ਕਿ ਕਿਸੇ ਨੂੰ ਬੋਲਣ ਤੱਕ ਦੀ ਆਜ਼ਾਦੀ ਨਹੀਂ, ਮੀਡੀਆ ਨੂੰ ਬੋਲਣ ਤੱਕ ਆਜ਼ਾਦੀ ਨਹੀਂ। ਜੇ ਕੋਈ ਪੰਜਾਬ ਦੇ ਵਿੱਚ ਬੋਲਦਾ ਤਾਂ ਪਰਚੇ ਤੇ ਫੇਸਬੁੱਕ ਅਕਾਊਂਟ ਬੰਦ। ਇੱਥੋਂ ਤੱਕ ਥੱਲੜੀ ਲੈਵਲ ਦੀ ਰਾਜਨੀਤੀ ਤੱਕ ਆ ਚੁੱਕਿਆ ਕਿ ਆਪਣੀ ਸਾਬਕਾ ਧਰਮ ਪਤਨੀ ਦਾ ਫੇਸਬੁੱਕ ਅਕਾਊਂਟ ਭਾਰਤ ਵਿੱਚ ਬੰਦ। ਜਿਹੜੇ ਉਹ ਪਤਨੀ ਦੇ ਨਾਲ ਇੰਨੇ ਸਾਲ ਲਾਏ, ਉਹ ਤੋਂ ਦੋ ਬੱਚੇ, ਭਾਵਾਂ ਕਿ ਉਹ ਬੱਚਿਆਂ ਨੂੰ ਹੁਣ ਪਹਿਚਾਣਦਾ ਨਹੀਂ, ਉਹ ਪਿੱਛੇ ਜੇ ਮੀਡੀਆ ਵਿੱਚ ਵੀਡੀਓ ਵਾਇਰਲ ਹੋਈ ਆ, ਘਰ ਦੇ ਵਿੱਚ ਦੱਸੀ ਜਾਂਦਾ ਤੇ ਆਪਣੇ ਬੇਟਾ ਬੇਟੀ ਨੂੰ ਭਾਣਜਾ ਭਾਣਜੂ ਦੱਸੀ ਜਾਂਦਾ ਪਤੰਦਰ। ਸੋ ਜਿਹੜੇ ਬੱਚਿਆਂ ਨੂੰ ਪਹਿਚਾਨਣ ਤੋਂ ਮੁਨਕਰ ਹੋ ਗਿਆ, ਜਿਹੜਾ ਘਰਵਾਲੀ ਇੰਨੇ ਸਾਲ ਨਾਲ ਰਹੀ, ਉਹਦੇ ਬੋਲਣ ਤੱਕ ਦੀ ਆਜ਼ਾਦੀ ਖੋ ਰਿਹਾ, ਕਿਹੜਾ ਉਹਨੇ ਦੇਸ਼ ਦੇ ਦੇਸ਼ ਵਿਰੋਧੀ ਕਾਰਵਾਈ ਕਰਤੀ ਜਿਹੜਾ ਫੇਸਬੁੱਕ ਅਕਾਊਂਟ ਇੱਥੇ ਬੰਦ ਕਰ ਦਿੱਤਾ? ਸੋ ਇਹ ਸਾਰਾ ਜਿਹੜਾ ਮਾਹੌਲ ਹੈ, ਇਹ ਤੋਂ ਇਹ ਦੱਸਦਾ ਕਿ ਕੋਈ ਆਮ ਕਰਦਾ, ਕੋਈ ਇਹ ਪੰਜਾਬੀਆਂ ਦਾ ਮੁੱਖ ਮੰਤਰੀ ਨਹੀਂ, ਇੱਕ ਹੰਕਾਰਾ, ਦਿੱਲੀ ਦਾ ਹੱਥ ਠੋਕਾ ਤੇ ਬਹੁਤ ਹੀ ਹੇਠਲੇ ਪੱਧਰ ਦੀ ਤੇ ਘਟੀਆ ਸੋਚ ਵਾਲਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਬਣਾ ਕੇ ਆਪਾਂ ਗੱਦੀ ਤੇ ਬਿਠਾ ਲਿਆ, ਤੇ ਇਹ ਤੋਂ ਬਦਲਾ ਲੈਣ ਲਈ ਜੋ ਇਹਨੇ ਪੰਜਾਬੀਆਂ ਦੇ ਨਾਲ ਧੋਖਾ ਕੀਤਾ, ਬੇਈਮਾਨੀ ਕੀਤੀ ਤੇ ਸਾਡੀਆਂ ਭਾਵਨਾਵਾਂ ਨਾਲ ਖੇਡ ਰਿਹਾ, ਤੇ ਭਾਵਨਾ ਨਾਲ ਖੇਡ ਕੇ ਮੁੱਖ ਮੰਤਰੀ ਬਣਿਆ, ਉਹ ਤੋਂ ਬਦਲਾ ਲੈਣ ਦਾ ਇੱਕੋ ਤਰੀਕਾ। ਟਕਾ ਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ, ਟਕਾ ਕੇ ਪੰਜਾਬ ਨੂੰ ਬਚਾਉਣ ਲਈ ਤੇ ਸਾਡੇ ਦਰਦਾਂ ਨੂੰ ਛੇੜਨ ਵਾਲੇ ਮੁੱਖ ਮੰਤਰੀ ਦਾ ਬਦਲਾ ਲਓ, ਟਕਾ ਕੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਮੰਜੀ ਠੋਕੋ, ਕਿਉਂਕਿ ਲੋਕਤੰਤਰ ਦੇ ਵਿੱਚ ਇੱਕੋ ਤਰੀਕਾ ਹੁੰਦਾ ਬਦਲਾ ਲੈਣ ਦਾ, ਉਹ ਤਰੀਕਾ ਹੁੰਦਾ ਜਿਹੜੀ ਸਾਡੇ ਹੱਥ ਵਿੱਚ ਸ਼ਕਤੀ ਹੈ, ਵੋਟ, ਤਾਂ ਕਿ ਇਹਨੂੰ ਇਹਦੀ ਔਕਾਤ ਮੁੱਖ ਮੰਤਰੀ ਨੂੰ ਦਿਖਾਈ ਜਾ ਸਕੇ ਕਿ ਜੇ ਪੰਜਾਬੀ ਭੋਲੇ ਭਾਲੇ ਨੇ ਗੱਲਾਂ ਵਿੱਚ ਆ ਕੇ
ਤੈਨੂੰ ਸੱਤਾ ਦੀ ਚਾਬੀ ਦੇ ਕੇ ਗੱਦੀ ਤੇ ਬਿਠਾ ਸਕਦੇ ਨੇ, ਲਾ ਵੀ ਸਕਦੇ ਨੇ। ਲੱਖ ਲਾਣਤਾਂ, ਬਾਰ ਬਾਰ ਲਾਣਤਾਂ।